ਤੰਗ ਆ ਕੇ ਆਏ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਦੌਰ ਜਾਰੀ ਹੈ, ਪਰ ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਦੇ ਚਲਦਿਆਂ ਕਰਜ਼ਾ ਮਾਫੀ ਤੇ ਬਰਸਾਤੀ ਪਾਣੀ ਦੇ ਨਾਲ ਖਰਾਬ ਹੋਈ ਫਸਲ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਉਹ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਜੇਕਰ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ੀ ਵੱਲ ਧਿਆਨ ਨਾ ਦਿੱਤਾ ਤਾਂ ਸਾਡੇ ਵੱਲੋਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਹਾਂਜੀ, ਮੇਰਾ ਨਾਮ ਅਮਰਜੀਤ ਹਣੀ ਹੈ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਹਾਂ। ਅੱਜ ਸੂਬਾ ਕਮੇਟੀ ਦੇ ਸਾਡੇ ਸੱਦੇ 'ਤੇ ਪੰਜਾਬ ਭਰ ਦੇ ਸਾਰੇ ਲਗਭਗ 11 ਜ਼ਿਲ੍ਹਿਆਂ 'ਚ ਅਸੀਂ ਧਰਨੇ ਲਾ ਰਹੇ ਹਾਂ। ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਖਤਮ ਕੀਤਾ ਜਾਊਗਾ। ਉਸ ਤੋਂ ਬਾਅਦ ਸਰਕਾਰ ਨੇ ਪੜਾਅ ਵਾਲ ਸ਼ੁਰੂ ਕੀਤਾ ਕਿ 2.5 ਏਕੜ ਵਾਲੇ ਕਿਸਾਨ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕਰਾਂਗੇ, ਉਹਦੇ 'ਚੋਂ ਵੀ ਰਹਿ ਗਏ। ਫਿਰ ਸਰਕਾਰ ਨੇ ਐਲਾਨ ਕਰਿਆ ਕਿ ਜਿਹੜੇ 5 ਏਕੜ ਵਾਲੇ ਜ਼ਮੀਨ ਵਾਲੇ ਕਿਸਾਨ ਆ, 2 ਲੱਖ ਤੱਕ ਦਾ ਜਿਹੜਾ ਕਰਜ਼ਾ ਉਹ ਕਿਸਾਨਾਂ ਦਾ ਮਾਫ਼ ਕਰਾਂਗੇ, ਉਹ ਵੀ ਨਹੀਂ ਪੂਰਾ ਕੀਤਾ। ਜਾਣੀ ਕਿ ਅੱਜ ਦਾ ਜਿਹੜਾ ਡੈਪੂਟੇਸ਼ਨ ਅਸੀਂ ਡਿਪਟੀ ਕਮਿਸ਼ਨ ਦੇ ਧਰਨਾ ਦੇ ਕੇ ਮੰਗ ਪੱਤਰ ਦੇਣਾ ਕਿ ਜਿਹੜੇ 5 ਏਕੜ ਵਾਲੇ ਕਿਸਾਨ ਆ, 2 ਲੱਖ ਤੱਕ ਦਾ ਕਰਜ਼ਾ ਮਾਫ਼ੀ ਦਾ ਕੈਪਟਨ ਦਾ ਵਾਅਦਾ ਕੀਤਾ, ਉਸ ਵਾਅਦੇ ਨੂੰ ਪੂਰਾ ਕਰੇ। ਕਿਉਂਕਿ ਲਗਾਤਾਰ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ। ਇਹਦੇ ਐਸੇ 2.5 ਸਾਲਾਂ ਦੇ ਵਿੱਚ 1500 ਕਿਸਾਨ ਆ ਜਿਹੜੇ ਆਪਣੀ ਜੀਵਨ ਲੀਲਾ ਤੋਂ ਹੱਥ ਧੋ ਬੈਠੇ ਆ, ਸਿਰਫ ਕਰਜ਼ੇ ਦੇ ਲਾਰੇ 'ਚ ਵੀ ਸਾਨੂੰ ਸਰਕਾਰ ਕਰਜ਼ਾ ਮਾਫ਼ ਕਰੂ। ਹੁਣ ਸਾਡੀ ਕਬੀਲਦਾਰੀ ਆ ਜਿਹੜੀ ਬਿਲਕੁਲ ਜਾਮ ਹੋ ਗਈ, ਨਾ ਬੈਂਕਾਂ ਕਰਜ਼ਾ ਦਿੰਦੀਆਂ, ਨਾ ਸਾਡੇ ਕੋਲੋਂ ਕਿਸੇ ਹੋਰ ਪਾਸੇ ਆ। ਉੱਤੋਂ ਕਰੋਪੀ ਨੇ, ਮੀਂਹ ਨੇ ਸਾਡਾ ਨੁਕਸਾਨ ਕਰਤਾ। ਅੱਜ ਦੀ ਜਿਹੜੀ ਮੰਗ ਆ ਕਿ ਜਿਹੜਾ 2 ਲੱਖ ਤੱਕ ਦਾ ਕੈਪਟਨ ਸਰਕਾਰ ਨੇ ਵਾਅਦਾ ਕੀਤਾ, 5 ਏਕੜ ਵਾਲਾ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇ, ਆਹ ਸਾਡੇ ਕੋਲ ਫਾਰਮ ਆ ਜਿਹੜੇ ਉਹ ਭਰ ਕੇ ਡਿਪਟੀ ਕਮਿਸ਼ਨ ਨੂੰ ਜਮ੍ਹਾਂ ਕਰਾਉਣੇ ਆ। ਅੱਜ ਪੰਜਾਬ ਪੱਧਰ ਦੇ ਸਾਰੇ ਡੀਸੀਆਂ ਦੇ ਧਰਨੇ ਦੇ ਰਹੇ ਹਾਂ ਕਿ ਜਿਹੜਾ ਵਾਅਦਾ ਕੀਤਾ ਗਿਆ 2 ਲੱਖ ਤੱਕ ਦਾ 5 ਏਕੜਾਂ ਦਾ, ਉਹ ਸਮੁੱਚਾ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ। ਆਹ ਜਿਹੜਾ ਮੰਡਲ ਆ ਉਹ ਕਿਸਾਨ ਆ ਕਿ ਜਿਨ੍ਹਾਂ ਦੇ ਹਜੇ ਮਾਫ਼ੀ 'ਚ ਨਹੀਂ, 2.5 ਏਕੜ ਵਾਲੇ ਅਤੇ 5 ਵਾਲੇ। ਅੱਜ ਦਾ ਜਿਹੜਾ ਡੈਪੂਟੇਸ਼ਨ ਆ ਅਤੇ ਸਰਕਾਰ ਨੂੰ ਨਾਲ ਹੀ ਚੇਤਾਵਨੀ ਆ ਕਿ ਜੇ 5 ਏਕੜ ਵਾਲਿਆਂ ਦਾ ਕਿਸਾਨਾਂ ਦਾ ਕਰਜ਼ਾ 2 ਲੱਖ ਵਾਲਾ ਨਾ ਮਾਫ਼ ਕੀਤਾ ਅਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ, ਉਨਾ ਚਿਰ ਨਹੀਂ ਟੇਕ ਕੇ ਬੈਠਾਂਗੇ ਜਿੰਨਾ ਚਿਰ ਕਿਸਾਨਾਂ ਨੂੰ 2 ਲੱਖ ਦਾ ਜਿਹੜਾ ਲਾਭ ਨਹੀਂ ਮਿਲਦਾ। ਭਗਵੰਤ ਸਿੰਘ ਆ ਜੀ, ਮੇਰਾ ਨਾਮ ਪਿੰਡ ਜੋਗਾਨੰਦ ਹੈ ਜੀ। ਮੈਂ 5 ਏਕੜ ਜ਼ਮੀਨ ਦੇ ਉਹ ਇਕੱਠ ਦਾ ਮਾਲਕ ਹੈ ਜੀ। ਸਰਕਾਰ ਕਹਿੰਦੀ ਜੀ ਚੋਣਾਂ ਦੇ ਵਿੱਚ ਇਹ ਵਾਅਦਾ ਕਰਦੀ ਹੈ ਵੀ 5 ਏਕੜ ਤੋਂ ਅਸੀਂ ਤਕਰੀਬਨ ਸਾਰੇ ਕਰਜ਼ੇ 2 ਲੱਖ ਤੱਕ ਦੇ ਮਾਫ਼ ਕਰਦੇ, ਪਰ ਅੱਜ ਤੱਕ ਸਰਕਾਰ ਨੇ 5 ਏਕੜ ਵਾਲਿਆਂ ਦਾ ਨਾ ਤਾਂ ਕੋਈ ਸੁਸਾਇਟੀ ਦਾ ਕਰਜ਼ਾ ਮਾਫ਼ ਕਰਿਆ, ਨਾ ਕਿਸੇ ਬੈਂਕ ਦਾ ਮਾਫ਼ ਕਰਿਆ। ਇਸੇ ਵਾਸਤੇ ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਤਾਂ ਸਰਕਾਰ ਨੂੰ ਯਾਦ ਰਹੇ ਵੀ ਅੱਜ ਤੱਕ ਕਿਸੇ ਨੇ ਸਰਕਾਰ ਕਰਜ਼ਾ ਮਾਫ਼ ਨਹੀਂ ਕੀਤਾ। ਜੇ 100 ਦੇ ਵਿੱਚੋਂ 2 ਬੰਦਿਆਂ ਦਾ ਮਾਫ਼ੀ ਕਰਤੀ ਤਾਂ ਉਹਦੇ ਨਾਲ ਇਹ ਨਹੀਂ ਵੀ ਲੋਕਾਂ ਦੀ ਸਾਰੀ ਮਾਫ਼ੀ ਹੋ ਗਈ ਹੈ। ਸਰਕਾਰ ਇਹਨਾਂ ਤੋਂ ਆਪਣੇ ਆਪਣੀਆਂ ਐਪਲੀਕੇਸ਼ਨਾਂ ਤੋਂ ਹਿਸਾਬ ਲਾ ਲਏ ਵੀ ਕਿੰਨੇ ਕੁ ਲੋਕ ਰਹਿੰਦੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਜ਼ਾ ਮਾਫ਼ੀ ਕਰੇ, ਨਹੀਂ ਤਾਂ ਅਸੀਂ ਆਪਦੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ।